ਬੀਤੇ ਦਿਨੀ ਪੰਜਾਬ ਦੇ ਤਿੰਨ ਇਲਾਕਿਆਂ ਤਰਨਤਾਰਨ ਅੰਮ੍ਰਿਤਸਰ ਅਤੇ ਬਟਾਲਾ ਵਿੱਚ 100 ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਪਹਿਲਾਂ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਇਹਨਾਂ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਮੁਆਵਜ਼ੇ ਦੀ ਰਕਮ ਨੂੰ 2 ਲੱਖ ਤੋਂ ਵਧਾ ਕੇ 5 ਲੱਖ ਕਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਉੱਥੇ ਹੀ ਬਟਾਲਾ ਦੇ ਇਹਨਾਂ ਪਰਿਵਾਰਾਂ ਨੂੰ ਇਹ ਰਾਸ਼ੀ ਵੀ ਮਿਲ ਚੁੱਕੀ ਹੈ ਪਰ ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਜੋ ਨੇਤਾ ਉਹਨਾਂ ਕੋਲ ਆਏ ਸਨ ਉਹਨਾਂ ਨੇ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਹੁਣ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਇਸ ਗੱਲ ਤੋਂ ਮੁਨਕਰ ਹੋ ਰਹੇ ਹਨ ਭਾਅ ਜੀ ਦੇਖੋ ਸਾਨੂੰ ਪੈਸੇ 5 ਲੱਖ ਦਾ ਚੈੱਕ ਦਿੱਤਾ ਆਪਾਂ ਉਹਨੂੰ ਸਾਰੀ ਉਮਰ ਘੋਲ ਘੋਲ ਕੇ ਥੋੜ੍ਹੀ ਪੀਣਾ ਵਾ ਨੌਕਰੀ ਤਾਂ ਚਾਹੀਦੀ ਹੈ ਅਸੀਂ ਆਪਣੇ ਬੱਚੇ ਕਿੱਥੋਂ ਪਾਲਣੇ ਸਾਡੇ ਡੈਡੀ ਕੰਮ ਕੁੰਮ ਕਰਦੇ ਸੀ ਆਪਣਾ ਕਮਾਉਂਦੇ ਸੀ ਖਾਂਦੇ ਸੀ ਨੌਕਰੀ ਤਾਂ ਜ਼ਰੂਰ ਚਾਹੀਦੀ ਹੈ ਇਹ ਥੋੜ੍ਹੀ ਕਿ ਪਹਿਲਾਂ ਕਹਿ ਦਿੱਤਾ ਕਿ ਨੌਕਰੀਆਂ ਦੇਵਾਂਗੇ ਬਾਅਦ 'ਚੋਂ ਮੁੱਕਰਨ ਡੇ ਇਹ ਕਿੱਧਰ ਦੀ ਗੱਲ ਹੋਈ ਚਾਹੀਦੀ ਇਹਨਾਂ ਨੂੰ ਨੌਕਰੀ ਦੇਣੀ ਤਾਂ ਚਾਹੀਦੀ ਹੈ ਨਾ ਹਾਂਜੀ ਨਹੀਂ ਸਾਡਾ ਬ੍ਰਦਰ ਨਹੀਂ ਕੋਈ ਆਪਾਂ 5 ਸਿਸਟਰ ਹੀ ਆ ਬਸ ਹਾਂਜੀ ਹਾਂਜੀ ਨੌਕਰੀ ਤੇ ਚਾਹੀਦੀ ਹੈ ਜ਼ਰੂਰ ਨੌਕਰੀ ਦੇਣੀ ਚਾਹੀਦੀ ਹੈ ਹਾਂਜੀ ਚੈੱਕ ਮਿਲ ਗਿਆ 5 ਲੱਖ ਦਾ ਹਾਂਜੀ ਉਹ ਕਿੰਨੀ ਕੁ ਦੇਰ ਪੈਸੇ ਤਾਂ ਤੁਹਾਨੂੰ ਪਤਾ ਖਾਧਿਆ ਦੇ ਖੂਹ ਵੀ ਖਾਲੀ ਹੋ ਜਾਂਦੇ ਆ ਪੈਸੇ ਕਿੰਨੀ ਕੁ ਦੇਰ ਘੋਲ ਘੋਲ ਕੇ ਖਾਈ ਜਾਣੇ ਆ ਕਿਰਾਏ ਤੇ ਰਹਿੰਦੇ ਆਪਾਂ ਤੇ ਕਿਰਾਇਆ ਬੱਤੀ ਦਾ ਬਿੱਲ ਇਹ ਸਭ ਕਿੱਥੋਂ ਦੇਣਾ ਇਹਨਾਂ ਨੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਸਾਨੂੰ ਨੌਕਰੀ ਜ਼ਰੂਰੀ ਹੈ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਮਾੜੀ ਮੋਟੀ ਵੀ ਕਿਸ ਤਰ੍ਹਾਂ ਦੀ ਵੀ ਸਾਨੂੰ ਗੌਰਮੈਂਟੀ ਨੌਕਰੀ ਮਿਲਣੀ ਚਾਹੀਦੀ ਹੈ ਸਾਡੇ ਘਰ ਵਿੱਚ ਕਮਾਉਣ ਵਾਲਾ ਉਹ ਨਿੱਕਾ ਬੱਚਾ ਉਹ ਕੀ ਕਰੇਗਾ ਅਤੇ ਇਹ ਜਿਹੜੇ ਪੈਸੇ ਮਿਲੇ ਨੇ 2 ਸਾਲ ਜਾਂ 4 ਸਾਲ 'ਚ ਮੁੱਕ ਜਾਣੇ ਨੇ ਅਤੇ ਇਹ ਬੱਚੇ ਦੀ ਪਰਵਰਿਸ਼ ਵੀ ਹੋਣੀ ਹੈ ਪੜ੍ਹਾਈ ਲਿਖਾਈ ਵੀ ਹੋਣੀ ਹੈ ਇੰਨੇ ਕੁ ਪੈਸਿਆਂ ਨਾਲ ਕੁਛ ਨਹੀਂ ਬਣਦਾ ਇਹਨੂੰ ਨੌਕਰੀ ਜ਼ਰੂਰੀ ਹੈ ਸਾਨੂੰ ਨੌਕਰੀ ਜ਼ਰੂਰੀ ਚਾਹੀਦੀ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰ ਸਾਨੂੰ ਕਹਿ ਕੇ ਵੀ ਨੌਕਰੀ ਮਿਲੇਗੀ ਹੁਣ ਮੁੱਕਰਨ ਡਏ ਨੇ ਅਤੇ ਸਾਨੂੰ ਨੌਕਰੀ ਤਾਂ ਮਿਲਣੀ ਚਾਹੀਦੀ ਹੈ ਇਹ ਬੱਚੀ ਨੇ ਕਿਹਦੇ ਸਿਰ 'ਤੇ ਕੱਟਣੀ ਉਮਰ ਨਿੱਕੇ ਜਿਹੇ ਬੱਚੇ ਦੇ ਸਿਰ 'ਤੇ ਨੌਕਰੀ ਜਿਹੜੀ ਸਾਨੂੰ ਜ਼ਰੂਰੀ ਚਾਹੀਦੀ ਨੌਕਰੀ ਮਿਲਣੀ ਚਾਹੀਦੀ ਇਹਨੂੰ ਅਸੀਂ ਸਾਨੂੰ ਨੌਕਰੀ ਦੇਵੋ ਭਾਵੇਂ ਮਾੜੀ ਮੋਟੀ ਦੇਵੋ ਨੌਕਰੀ ਇਹਨੂੰ ਗੌਰਮੈਂਟ ਹੀ ਮਿਲਣੀ ਚਾਹੀਦੀ ਮੁਆਵਜ਼ਾ ਉਹ ਹੀ ਦੁਨੀਆਂ ਨੂੰ ਜੋ ਦਿੱਤਾ ਉਹਨਾਂ ਨੇ 5 ਹਾਂਜੀ ਹੋਰ ਸਾਨੂੰ ਕੋਈ ਸਹਾਇਤਾ ਨਹੀਂ ਵੀ ਜਾਂ ਮਤਲਬ ਇਹਦਾ ਕੋਈ ਯਕਦਮ ਦਾ ਤੁਹਾਨੂੰ ਕੋਈ ਗੱਲ ਬਣੀ ਹੈ ਤਾਂ ਤੁਹਾਡਾ ਕੋਈ ਥੋੜ੍ਹਾ ਬਹੁਤਾ ਤੁਸੀਂ ਗਰੀਬ ਲੋਕ ਹੋ ਸਹਾਇਤਾ ਤੁਹਾਡੀ ਹੋਏ ਉਹ ਨਹੀਂ ਸਾਨੂੰ ਹੋਈ ਸਿਰਫ ਤੁਹਾਨੂੰ ਪੈਸੇ ਦਿੱਤੇ ਗਏ ਪੈਸੇ ਦਿੱਤੇ ਗਏ ਸਾਡੀ ਹੋਰ ਸਹਾਇਤਾ ਕੋਈ ਨਹੀਂ ਹੋਈ ਸਾਨੂੰ ਨੌਕਰੀ ਦੀ ਡਿਮਾਂਡ ਹੈ ਸਾਨੂੰ ਨੌਕਰੀ ਚਾਹੀਦੀ ਹੈ ਸਾਡਾ ਬੱਚਾ ਛੋਟਾ ਇਹਨੂੰ ਹਰ ਕੰਮ ਦੀ ਸਹਾਇਤਾ ਚਾਹੀਦੀ ਹੈ ਇਹਨੂੰ ਹਰ ਕੰਮ ਦੀ ਸਹਾਇਤਾ ਚਾਹੀਦੀ ਸਾਨੂੰ ਕੈਪਟਨ ਸਰਕਾਰ ਨੇ ਪਹਿਲਾਂ ਨੌਕਰੀ ਵੱਲੋਂ ਕਿਹਾ ਸੀ ਹੁਣ ਕੈਪਟਨ ਸਰਕਾਰ ਜਿਹੜੀ ਮਨਾ ਕਰ ਰਹੀ ਹੈ ਮੈਂ ਇਸ ਬੱਚੇ ਨੂੰ ਲੈ ਕੇ ਮੈਂ ਕਿੱਦਾਂ ਗੁਜ਼ਾਰਾ ਕਰਨਾ ਸਾਰੀ ਉਮਰ ਵਾਸਤੇ ਬੱਚਾ ਮੇਰਾ 10 ਸਾਲ ਦਾ ਅੱਜ ਹੀ ਥੋੜ੍ਹਾ ਨਾ ਕੰਮ ਕਰਨਾ ਕੰਮ ਵਾਲੇ ਜਿਹੜੇ ਸੀ ਉਹ ਤਾਂ ਚਲੇ ਗਏ ਸਹੁਰਾ ਮੇਰਾ ਰਿਕਸ਼ਾ ਚਲਾਉਂਦਾ ਘਰ ਦਾ ਖਰਚਾ ਹੀ ਕਿੱਦਾਂ ਕਰਨਾ ਇਸ ਬੱਚੇ ਨੂੰ ਪੜ੍ਹਾਉਣਾ ਵੀ ਲਿਖਾਉਣਾ ਵੀ ਇਹਦੀ ਪਰਵਰਿਸ਼ ਵੀ ਕਰਨੀ ਆਉਣਾ ਵੀ ਜਾਣਾ ਵੀ ਕਿਤੇ ਭੈਣ ਭਰਾਵਾਂ ਕੋਲ ਪੈਂਦਾ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਮਾੜੀ ਮੋਟੀ ਕੋਈ ਰੋਟੀ ਮੇਰੀ ਲੱਗ ਜੇ ਨੌਕਰੀ ਮਾੜੀ ਮੋਟੀ ਮਿਲ ਜੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂਜੀ ਹੁਣ ਮੈਂ ਚਾਹੁੰਦੀ ਹਾਂ ਕਿ ਚਲੋ ਮਾੜੀ ਮੋਟੀ ਕਿਤੇ ਨੌਕਰੀ ਮਿਲ ਜੇ ਕਿਤੇ ਮੇਰੇ ਬੱਚੇ ਦੀ ਰੋਟੀ ਕਿਤੇ ਮੇਰੀ ਵੀ ਰੋਟੀ ਲੱਗ ਜੇ ਬਸ ਇਹੀ ਮੈਂ ਕਹਿਣਾ ਚਾਹੁੰਦੀ ਹਾਂ 5 ਲੱਖ ਰੁਪਏ ਨਾਲ ਕੀ ਬਣਦਾ ਜੇ ਅੱਜ ਕੱਲ੍ਹ ਕੁਛ ਨਹੀਂ ਬਣਦਾ 5 ਲੱਖ ਰੁਪਏ ਨਾਲ ਸਾਲ ਖਰਚ ਲਾਂਗੇ 2 ਸਾਲ ਖਰਚ ਲਾਂਗੇ 3 ਸਾਲ ਖਰਚ ਲਾਂਗੇ ਫਿਰ ਮੇਰਾ ਬੱਚਾ ਅਜੇ ਅੱਜ ਹੀ ਜਵਾਨ ਥੋੜ੍ਹਾ ਹੋਣਾ ਕਦੋਂ ਕਿਤੇ ਕੰਮ ਕਾਰ ਕਰੇਗਾ ਕਦੋਂ ਕਿਤੇ ਸੁੱਖ ਫਿਰ ਮਿਲੇਗਾ ਇਸ ਕਰਕੇ ਮੈਂ ਕਹਿੰਦੀ ਹਾਂ ਕਿ ਮਾੜੀ ਮੋਟੀ ਚਲੋ ਸਾਡੀ ਰੋਟੀ ਲੱਗ ਜੇ ਮਾਂ ਪੁੱਤਰਾਂ ਦੀ ਸਹੁਰਾ ਮੇਰਾ ਰਿਕਸ਼ਾ ਚਲਾਉਂਦਾ ਰਿਕਸ਼ਿਆਂ ਦੇ ਸਿਰ 'ਤੇ ਕਿਹੜੇ ਘਰ ਚੱਲਦੇ ਜੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਮਾੜੀ ਮੋਟੀ ਸਾਡੀ ਰੋਟੀ ਲੱਗ ਜੇ ਚਲੋ ਮਾੜੀ ਮੋਟੀ ਕਿਤੇ ਨੌਕਰੀ ਮਿਲ ਜੇ ਬਸ ਮੈਂ ਇਹੀ ਕੁਛ ਕਹਿ ਮੇਰਾ ਨਾਮ ਪ੍ਰੀਤੀ ਜੀ ਸਰਕਾਰ ਨੇ ਪਹਿਲਾਂ ਨੌਕਰੀਆਂ ਦਿੱਤੀਆਂ ਸੀ ਲੇਕਿਨ ਹੁਣ ਨਹੀਂ ਭਾਅ ਜੀ ਹੁਣ ਜਿੱਦਾਂ ਨੌਕਰੀ ਤਾਂ ਚਾਹੀਦੀ ਹੈ ਜਿੱਦਾਂ ਗਰੀਬ ਮੇਰਾ ਭਰਾ ਵੀ ਜਿੱਦਾਂ ਅਤੇ ਛੋਟੀ ਭੈਣ ਆ ਅਤੇ ਜਿੱਦਾਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਨੌਕਰੀ ਵੀ ਦੇਵਾਂਗੇ ਅਤੇ 5-5 ਲੱਖ ਰੁਪਏ ਜਿਹੜਾ ਦਿੱਤਾ ਉਹ ਚਲੋ ਸਾਨੂੰ ਦੇ ਦਿੱਤਾ ਪਰ ਅਸੀਂ ਸਾਡੀ ਉਮਰ ਉਹ ਥੋੜ੍ਹੀ ਖਾਂਦੇ ਰਹਿਣਾ ਬਾਅਦ 'ਚ ਵੀ ਤਾਂ ਪੈਸੇ ਦੇ ਲਈ ਲੋੜ ਪੈਣੀ ਹੈ ਸਾਨੂੰ ਪਹਿਲਾਂ ਤਾਂ ਕਹਿੰਦੇ ਸੀ ਵੀ ਸਾਰੇ ਨੌਕਰੀ ਦੇਵਾਂਗੇ ਘਰ ਘਰ ਇੱਕ ਨੌਕਰੀ ਦਿੱਤੀ ਜਾਏਗੀ ਅਤੇ ਬਾਅਦ 'ਚ ਉਹਨਾਂ ਨੇ ਕੋਈ ਪੈਸੇ ਦਿੱਤੇ ਬਾਅਦ ਨੌਕਰੀ ਦੇ ਹੁਣ ਵਾਅਦੇ ਤੋਂ ਨਾ ਮੁੱਕਣ ਆਪਣੇ ਦੇ ਮੈਂ ਤਾਂ ਸਰਕਾਰ ਨੂੰ ਇਹੀ ਕਹਾਂਗੀ ਵੀ ਬਸ ਇੱਕ ਘਰ ਵਿੱਚ ਜਿੱਦਾਂ ਮੇਰੇ ਭਰਾ ਨੂੰ ਨੌਕਰੀ ਦਿੱਤੀ ਜਾਵੇ ਬਸ ਹੋਰ ਤਾਂ ਕੁਛ ਨਹੀਂ ਕਹਾਂਗੀ ਕਰ ਪੈਣ ਸਰਕਾਰ ਇਹੀ ਵੀ ਪੈਸੇ ਜਿਹੜੇ ਦਿੱਤੇ ਉਹਨਾਂ ਨੇ ਵੀ ਪੈਸੇ ਤਾਂ ਸਾਡੀ ਉਮਰ ਥੋੜ੍ਹੀ ਹੁਣ ਬਹਿ ਕੇ ਖਾਧੇ ਜਾਣੇ ਆ ਹਾਂਜੀ ਮੇਰੇ ਫਾਦਰ ਸਾਹਿਬ ਮੇਰੇ ਪਾਪਾ ਹੀ ਡੈਥ ਹਾਂਜੀ ਕਮਾਉਣ ਵਾਲੇ ਉਹ ਹੀ ਡਰਾਈਵਰ ਨਹੀਂ ਸੋ ਪੜ੍ਹਾ ਆਈ ਜੇ ਬਸ ਉਹ ਜਿੱਦਾਂ ਦਿਹਾੜੀ ਦੱਪਾ ਹੀ ਕਰਦਾ ਜੇ ਉਹਨੂੰ ਬਸ ਜਾਂ ਨੌਕਰੀ ਦਿੱਤੀ ਜਾਏ ਬਸ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਟਰੂ ਸਕੂਲ।